ਉੱਥੇ ਕੋਈ ਪੂਜਾ ਪਾਠ ਕਰਨ ਗਏ ਨੇ ਭਜਨ ਕਰਨ ਗਏ ਨੇ ਉਠਾਉਣੇ ਨਹੀਂ ਚਾਹੀਦੇ ਇਹ ਹਮਲਾ ਜਿਹੜਾ ਹੋਇਆ ਇਹ ਤਿਰੰਗੇ ਦਾ ਅਪਮਾਨ ਹੋਇਆ ਉਹਨਾਂ ਦੇ ਨਾਲ ਜੋ ਇੱਕ ਦੇਸ਼ ਦੇ ਗਦਾਰਾਂ ਨਾਲ ਵਿਵਹਾਰ ਹੁੰਦਾ ਉਹੀ ਵਿਵਹਾਰ ਹੋਣਾ ਚਾਹੀਦਾ ਕਿਸ ਤਰ੍ਹਾਂ ਭਾਜਪੀ ਦੇ ਵਰਕਰਾਂ ਨੂੰ ਘਰਾਂ 'ਚ ਬੰਦ ਕਰਦੇ ਆ ਕਿਸ ਤਰ੍ਹਾਂ ਗੁੰਡਾਗਰਦੀ ਕਰਦੇ ਆ ਇਹ ਕੋਈ ਤਰੀਕਾ ਹੈਗਾ ਕੈਪਟਨ ਅਬਨੇਂਦਰ ਸਿੰਘ ਸੁਖਵੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਇਹ ਕਿਸ ਤਰ੍ਹਾਂ ਜਸ਼ਨ ਦੇ ਰੂਪ ਚ ਗੱਲ ਕਰਦੇ ਸੀ ਹੁਣ ਸਿੰਘੂ ਬਾਰਡਰ ਦੇ ਉੱਤੇ ਉਠਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਹੁਣ ਜਿਹੜੇ ਦੇਸ਼ ਭਗਤ ਕਹਿ ਰਹੇ ਨੇ ਕਿ ਆਪਾਂ ਸਾਡੇ ਤਿਰੰਗੇ ਦਾ ਅਪਮਾਨ ਹੋਇਆ ਹੈ ਹੁਣ ਉੱਠ ਜਾਓ ਟੈਂਟ ਉਹਨਾਂ ਦੇ ਉਖਾੜੇ ਜਾ ਰਹੇ ਨੇ ਕੀ ਲੱਗਦਾ ਕਿੱਥੇ ਤੱਕ ਸਹੀ ਹੈ ਤੁਹਾਨੂੰ ਇਹ ਸਹੀ ਲੱਗਦਾ ਹੈ ਕਿ ਇਸ ਤਰ੍ਹਾਂ ਕਿਸਾਨਾਂ ਨੂੰ ਉਠਾ ਦੇਣਾ ਚਾਹੀਦਾ ਹੁਣ ਉਹ ਉੱਥੇ ਕੋਈ ਪੂਜਾ ਪਾਠ ਕਰਨ ਗਏ ਨੇ ਭਜਨ ਕਰਨ ਗਏ ਨੇ ਉਠਾਉਣੇ ਨਹੀਂ ਚਾਹੀਦੇ ਉਦੇਸ਼ ਭਗਤ ਲੋਕ ਨੇ ਜਦੋਂ ਤਿਰੰਗੇ ਦਾ ਅਪਮਾਨ ਕਰੋਗੇ ਗਲਤ ਹਰਕਤ ਨਾ ਕਰੋਗੇ ਤਾਂ ਦੇਸ਼ ੁੱਟ ਕੇ ਖੜਾ ਹੋਏਗਾ ਦੇਸ਼ ਖਾਲੀ ਪ੍ਰਧਾਨ ਮੰਤਰੀ ਨੇ ਜਾਂ ਮੰਤਰੀਆਂ ਨੇ ਨਹੀਂ ਰੱਖਿਆ ਕਰਨੀ ਹੁੰਦੀ ਪੁਲਿਸ ਵਾਲਿਆਂ ਨੇ ਨਹੀਂ ਕਰਨੀ ਹੁੰਦੀ ਦੇਸ਼ ਨੂੰ ਚਲਾਉਣਾ ਦੇਸ਼ ਦੀ 135 ਕਰੋੜ ਲੋਕਾਂ ਨੇ ਸਾਰੇ ਮਿਲ ਕੇ ਚਲਾਉਂਦੇ ਆ ਉਹਦੇ ਚ ਸਾਰੀਆਂ ਵਿਵਸਥਾ ਨੇ ਇਹ 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 ਅਲੱਗ ਚੀਜ਼ ਹੈਗੀ ਆ ਇਸ ਕਰਕੇ ਅਗਲੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਜਿਹੜੇ ਦੇਸ਼ ਭਗਤ ਲੋਕ ਨੇ ਉਹ ਆਵਾਜ਼ ਉਠਾਉਣਗੇ ਉਹਨਾਂ ਨੂੰ ਤਕਲੀਫ ਹੋਈ ਹੈ ਜੇ ਮੈਨੂੰ ਤਕਲੀਫ ਹੋ ਸਕਦੀ ਆ ਉਹਨਾਂ ਨੂੰ ਦੇਸ਼ ਨਾਲ ਮੇਰੇ ਤੋਂ ਜ਼ਿਆਦਾ ਪਿਆਰ ਦੇਸ਼ ਜੇ ਜੇ ਹੁਣ ਇੱਥੇ ਆ ਕੇ ਕੋਈ ਬੰਬ ਗਿਰ ਜਾਂਦਾ ਤਾਂ ਕੀ ਹੋਏਗਾ ਉਹ ਪੁੱਛੇਗਾ ਇਹ ਹਿੰਦੂ ਆ ਇਹ ਸਿੱਖ ਆ ਇਹ ਮੁਸਲਮਾਨ ਆ ਇਹ ਅਮੀਰ ਆ ਜਾਂ ਇਹ ਗਰੀਬ ਆ ਉਹ ਦੇਸ਼ ਤੇ ਹਮਲਾ ਹੁੰਦਾ ਇਹ ਹਮਲਾ ਜਿਹੜਾ ਹੋਇਆ ਇਹ ਤਿਰੰਗੇ ਦਾ ਅਪਮਾਨ ਹੋਇਆ ਇਹ ਲਾਲ ਕਿਲਾ ਜਿਹੜਾ ਹੈ ਜਿੱਥੇ ਅੱਜ ਤੋਂ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਨੇ ਆਜ਼ਾਦੀ ਤੋਂ ਬਾਅਦ ਚਾਹੇ ਉਹ ਲਾਲ ਬਹਾਦਰ ਸ਼ਾਸਤਰੀ ਸੀ ਚਾਹੇ ਉਹ ਜਵਾਰਾਲ ਨਹਿਰੂ ਸੀ ਚਾਹੇ ਉਹ ਹਟਲ ਬਿਹਾਰੀ ਬਾਜਪਾਈ ਸੀ ਚਾਹੇ ਉਹ ਨਰਿੰਦਰ ਮੋਦੀ ਜੀ ਨੇ ਇਹ ਸਾਰੇ ਹੀ ਉੱਥੇ ਝੰਡਾ ਲਹਿਰਾਉਂਦੇ ਨੇ ਇੱਕ ਵਿਵਸਥਾ ਹੈਗੀ ਆ ਦੇਸ਼ ਦੀ ਦੇਸ਼ ਦੀ ਸ਼ਾਨ ਆ ਤੇ ਉਹਨਾਂ ਨੇ ਉਸ ਦਾ ਅਪਮਾਨ ਕੀਤਾ ਉਹਨਾਂ ਦੇ ਨਾਲ ਜੋ ਇੱਕ ਦੇਸ਼ ਦੇ ਗद्दारों ਨਾਲ ਵਿਵਹਾਰ ਹੁੰਦਾ ਉਹੀ ਵਿਵਹਾਰ ਹੋਣਾ ਚਾਹੀਦਾ ਉਹ ਦੇਸ਼ ਦੇ ਲੋਕ ਕਰ ਰਹੇ ਆ ਨਾ ਹੁਣ ਆ ਕੁਝ ਦਿਨਾਂ ਬਾਅਦ ਹੋਰ ਹੋਏਗਾ ਉਹਨਾਂ ਨੂੰ ਵੀ ਪਤਾ ਲੱਗੇਗਾ ਕਿਸ ਤਰ੍ਹਾਂ ਬੀਜੇਪੀ ਦੇ ਵਰਕਰਾਂ ਨੂੰ ਘਰਾਂ 'ਚ ਬੰਦ ਕਰਦੇ ਆ ਕਿਸ ਤਰ੍ਹਾਂ ਗੁੰਡਾਗਰਦੀ ਕਰਦੇ ਆ ਇਹ ਕੋਈ ਤਰੀਕਾ ਆਏਗਾ ਇਹ ਐਪਰੀਸ਼ੀਏਟ ਕਰਨ ਵਾਲੀਆਂ ਗੱਲਾਂ ਨੇ ਮੈਂ ਹੈਰਾਨ ਹੁਣਾਂ ਕੈਪਟਨ ਅਮਨਿੰਦਰ ਸਿੰਘ ਸੁਖਵੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਇਹ ਕਿਸ ਤਰ੍ਹਾਂ ਜਸ਼ਨ ਦੇ ਰੂਪ ਚ ਗੱਲ ਕਰਦੇ ਸੀ ਬੀਜੇਪੀ ਦੇ ਵਰਕਰਾਂ ਨੂੰ ਪਿੰਡਾਂ ਚ ਨਹੀਂ ਵੰਡ ਦੇਣਾ ਹਰੇ ਕੋਈ ਅੱਛੀ ਪਰੰਪਰਾ ਲੋਕਤੰਤਰ ਜਿਹੜਾ ਡੈਮੋਕ੍ਰੇਸੀ ਹੈ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਹੈ ਇਹ ਟ੍ਰੈਡੀਸ਼ਨਸ ਤੇ ਬੇਸ ਕਰਦਾ ਪਰੰਪਰਾਵਾਂ ਤੇ ਆਧਾਰਿਤ ਹੁੰਦਾ ਜੇ ਅਸੀਂ ਅੱਛੀਆਂ ਪਰੰਪਰਾ ਪਾਵਾਂਗੇ ਤਾਂ ਹੈਲਥੀ ਲੋਕਤੰਤਰ ਹੋਵੇਗਾ ਜੇ ਅਸੀਂ ਗਲਤ ਪਰੰਪਰਾ ਪਾਵਾਂਗੇ ਤਾਂ ਲੋਕਤੰਤਰ ਦਾ ਨੁਕਸਾਨ ਹੁੰਦਾ ਇਹ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨੂੰ ਐਪਰੀਸ਼ੀਏਟ ਕਰਦੇ ਨੇ ਗਲਤ ਕੰਮਾਂ ਨੂੰ ਇਹ ਡੈਮੋਕ੍ਰੇਸੀ ਦਾ ਨੁਕਸਾਨ ਕਰਦੇ ਨੇ ਰ ਸਕਦਾ ਹੁਣ ਦੇਖੋ ਕਿਸਾਨਾਂ ਦੀਆਂ ਗੱਲਾਂ ਸਾਰੀਆਂ ਮੰਨ ਲਈਆਂ ਗਈਆਂ ਜੋ ਉਹਨਾਂ ਦੇ ਖਤਸ਼ੇ ਸੀ ਉਹ ਵੀ ਹੱਲ ਕਰ ਦਿੱਤੇ ਗਏ ਹੁਣ ਤਾਂ ਉਹ ਖਾਮ ਖਾਮ ਬਿਠਾ ਕੇ ਬੈਠੇ ਹੋਏ ਸੀ ਉਹ ਇਹ ਹਾਲਾਤ ਇਹ ਦਿਨ ਲਿਆਉਣਾ ਚਾਹੁੰਦੇ ਸੀ ਜਿਹੜੇ ਇਹ ਜੋਗਿੰਦਰ ਜਾਦਵ ਹੁਣੀ ਨੇ ਇਹ ਆ ਤੁਹਾਡਾ ਦਰਸ਼ਨ ਪਾਲ ਤੇ ਜਾਂ ਜੋਗਿੰਦਰ ਸਿੰਘ ਉਗਰਾਹਾ ਜਾਂ ਹਨਨ ਮੌਲਾ ਇਹ ਤਾਂ ਕਹਿੰਦੇ ਸੀ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਆਉਣ ਦੇ ਅੰਦੋਲਨ ਹਨਨ ਮੌਲਾ ਕੌਣ ਕਮਿਊਨਿਸਟ ਪਾਰਟੀ ਦਾ ਐਮਪੀ ਤੇ ਇਹ ਜਿਹੜੇ ਬਾਕੀ ਬੈਠੇ ਨੇ ਉਗਰਾਹਾ ਹੁਣੀ ਕੌਣ ਨੇ ਇਹ ਨਾਗਰੀਅੜੀ ਗਰੁੱਪ ਨਾ ਮਾਰਕਸਿਸਟ ਲੈਨਿਸ ਦਾ ਤੇ ਇਹ 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 ਕੌਣ ਨੇ ਔਰ ਉਹ ਤਾਹਿਰ ਹੁਸੈਨ ਨਾਲ ਕੀ ਫਾਇਦਾ ਹੋਣ ਵਾਲਾ ਸੀ ਕਿਸਾਨ ਦਾ ਤਾਹਿਰ ਹੁਸੈਨ ਨੂੰ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ ਛੱਡੋ ਉਹ ਜਿਹੜਾ ਟੁਕੜੇ ਟੁਕੜੇ ਗਿਆਗਾ ਉਹਨੂੰ ਛੱਡਣ ਨਾਲ ਕੀ ਫਾਇਦਾ ਹੋਣ ਵਾਲਾ ਸੀ ਕਿਸਾਨ ਦਾ ਜਦੋਂ ਉਹਨਾਂ ਨੂੰ ਪੁੱਛਿਆ ਵੀ ਭਾਈ ਇਹਨਾਂ ਦੀਆਂ ਫੋਟੋ ਲੈ ਕੇ ਕਿਉਂ ਬੈਠੇ ਹੋ ਕਹਿਣ ਲੱਗੇ ਸਾਡੀ ਵਿਚਾਰਤਾ 라ਉ ਰਹਾ ਹਨ ਕਿਹਾ ਤੇ ਉਹ ਵਿਚਾਰਤਾ 라ਉ ਹੀ ਹੈ ਨਾ ਫਿਰ ਤੇ ਉਹਦੇ ਨਾਲ ਦੇਸ਼ ਦਾ ਕੋਈ ਹਿਤ ਨਹੀਂ ਹੋਣ ਵਾਲਾ ਦੇਸ਼ ਦਾ ਨੁਕਸਾਨ ਹੋਣ ਵਾਲਾ ਇਸ ਕਰਕੇ ਇਹਨਾਂ ਤੋਂ ਦੇਸ਼ ਨੂੰ ਬਚਾਉਣਾ ਵੀ ਜ਼ਰੂਰੀ ਹੈ ਔਰ ਹੁਣ ਅਸੀਂ ਕੋ ਦੇਖਣਾ ਇਸੇ ਮਾਲਵੇ ਚ ਸਾਡਾ ਕੰਮ ਜ਼ਿਆਦਾ ਹੋਊਗਾ ਔਰ ਅਸੀਂ ਮੁਲਕ ਦੇ ਲੋਕਾਂ ਨੂੰ ਦੱਸਾਂਗੇ ਕਿ ਇਹਨਾਂ ਤੋਂ ਬਚੋ ਇਹ ਗਲਤ ਵਿਚਾਰਤਾ ਰਹਿ ਗਈ ਹੈ ਇਹ ਗਲਤ ਦਿਸ਼ਾ ਤੁਹਾਨੂੰ ਦੇ ਰਹੇ ਆ ਔਰ ਦਸ਼ਾ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸ ਲਈ ਇਹਨਾਂ ਦੀ ਵਿਚਾਰਤਾ ਨੂੰ ਅਸੀਂ ਨਕਾਰ ਦੇਣਾ ਸੂਬੇ ਦੇ ਲੋਕਾਂ ਨੇ ਵੀ ਦੇਸ਼ ਦੇ ਲੋਕਾਂ ਨੇ